ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਜਾਣਾ ਹੈ ਜਲੰਧਰ ਆਪਣੇ ਕਮੇਡੀਅਨ ਆਰਟਿਸਟ ਆਪਣੇ ਵੀਰ ਹਰਬੀ ਸੰਘੇ ਦੇ ਘਰੇ। ਉਹਦੀ ਬੇਟੀ ਦਾ ਅੱਜ ਜਨਮਦਿਨ ਆ। ਬੜੇ ਦਿਨਾਂ ਦੇ ਸੋਚਦੇ ਪਏ ਸੀਗੇ ਅਤੇ ਕੱਲ੍ਹ ਫਿਰ ਉਹਨੇ ਦਬਕਾ ਮਾਰਿਆ, ਇਸ ਕਰਕੇ ਫਿਰ ਅਸੀਂ ਅੱਜ ਹੀ ਡਰਦੇ ਮਾਰੇ ਚੱਲ ਚੱਲੇ। ਅਤੇ ਮੈਂ ਸੋਚਿਆ ਚਲੋ ਬਤਾਊਂ ਤੋੜ ਕੇ ਲੈ ਕੇ ਜਾਵਾਂ ਆਪਣੇ ਭਰਾ ਲਈ। ਅਤੇ ਆਓ ਫਿਰ ਅੱਜ ਮਿਲਦੇ ਹਾਂ ਜਲੰਧਰ ਅਤੇ ਬਣਾਉਣੇ ਹਾਂ ਉੱਥੇ ਬਹੁਤ ਵਧੀਆ ਵਧੀਆ ਗੱਲਾਂ ਬਾਤਾਂ ਵਾਲਾ ਇੱਕ ਵਲੋਗ ਅਤੇ ਨਾਲੇ ਆਪਣੀ ਸੁਕਲੀਨ ਬੇਟੀ ਦਾ ਜਨਮਦਿਨ ਮਨਾਉਂਦੇ ਹਾਂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੰਘਾ ਨਿਵਾਸ, ਅੱਜ ਅਸੀਂ ਪਹੁੰਚੇ ਜੀ ਸੰਘਾ ਨਿਵਾਸ। ਹੈਪੀ ਬਰਥਡੇ। ਅੱਜ ਦਾ ਬਰਥਡੇ ਆ? ਹਾਂ ਜੀ। ਸੱਚੀ? ਝੂਠ ਬੋਲਦੀ ਹੈ। ਪੀਣਾ ਖਾਣਾ ਕੀ ਹੈ? ਠੰਡਾ ਮੈਂ ਪਿਆ ਤਾਂ ਹੋਰ ਨਾ ਮੰਗਿਓ। ਚੰਗਾ, ਪਤਾ ਕਿਉਂ ਦੀਦੀ? ਸੱਚੀ ਇੱਕੋ ਹੀ ਸੀਗਾ ਤੇ ਐਕਚੁਅਲੀ ਅਸੀਂ ਪੀਂਦੇ ਨੀ ਓਦਾਂ, ਪਰ ਤੂੰ ਇੱਕ ਵਾਰੀ ਨੀ ਮਿੱਠਣ ਨਾ ਕੀਤੀ। ਕੌਫੀ ਉਹ ਕੌਲੀ ਚ ਪਾ ਕੇ ਨਾ ਚਮਚਾ ਫੜਾ ਦੇ ਦੀਦੀ, ਇਹਨਾਂ ਨੇ ਆਪੇ ਘੋਲ ਲੈਣਾ ਕੌਫੀ। ਠੀਕ ਆ, ਉਹਨੂੰ ਤੈਨੂੰ ਪਤਾ ਨੀ ਨਾ, ਮੈਂ ਉੱਥੇ ਵੀ ਹਾਂ ਇੱਕ ਚਮਚਾ ਦਿਓ ਤੇ ਨਾਲ ਦੂਸਰੀ ਲਿਕੁਇਡ ਪੀਂਦੇ ਨਾ, ਉਹ ਜਿਹੜੀ ਜਿੱਦਾਂ ਦੁੱਧ ਚ ਪੱਤੀ ਉਹ ਪਾਉਂਦੇ ਆ, ਪਰ ਜਿਹੜੀ ਤੁਸੀਂ ਬਣਾਉਣੇ ਨਾ ਚਮਚਾ ਫੇਰ ਹੀ ਜਾਣਾ ਅੱਛਾ ਇਹ ਹਾਰਮੋਨੀਅਮ ਵਜਾਉਣ ਲੱਗ ਪਏ ਭਰਾਵਾ ਆਪ ਤਰਜਾ ਕੱਢ ਨੀ ਮੇਰੇ ਨਾਲ ਵਜਾਉਂਦੇ ਵਜਾਉਂਦੇ ਰਹਿੰਦੇ ਸੀ, ਇਹਨਾਂ ਨੂੰ ਮੈਂ ਦੱਸਿਆ ਵੀ ਆਹ ਸਾ ਆ ਰੇ ਆ ਤੇਰੇ ਕਦੇ ਪੇਪਰ ਨੀ ਮੁਕਣਡਾ, ਪਾਪਾ ਨੂੰ ਲੈ ਜਾਂਦੇ ਸ਼ੂਟਿੰਗ ਨੀ ਮੁੱਕਦੀ ਤੇਰੀ ਹਿੰਮਤ ਹੈ? ਤੂੰ ਕੱਲ ਦਬਕਾ ਜਿਹਾ ਮਾਰਿਆ ਵੀ ਆਓ ਆਓ ਕੋਈ ਤੁਸੀਂ ਲੜੇ ਲੈ ਜਾਂਦੇ, ਮੈਂ ਨਹੀਂ ਯਾਰ ਜਾਣਾ। ਮੈਂ ਤਾਂ ਕਿਹਾ ਮੈਂ ਕਿਹਾ ਯਾਰ ਆ ਕਿਹੜੀ ਗੱਲ ਆਉਣਾ ਤਾਂ ਨਹੀਂ ਦੇਵੋ ਕੁੜੀ ਦਾ ਵੀ ਹਨਾ, ਦੇਖੋ ਕਿਤੇ ਲੈ ਕੇ ਜਾਇਆ ਕਰੋ ਕੁੜੀ ਨੂੰ ਵੀ ਨਾ ਘੁਮਾਉਣ, ਉਹ ਵਿਚਾਰੀ ਘਰ ਹੀ ਨੇ ਨਾ ਪਤਲੀ ਹੋਜੇ, ਇੱਥੇ ਬੈਠੀ ਉਹਨੂੰ ਕਿਤੇ ਘੁਮਾ ਫਰਾ ਕੇ ਪ੍ਰਭਾ ਲੈ ਜਾਂਗਾ। ਆ ਸਾਨੂੰ ਵੀ ਫਿਕਰ ਹੋਵੇ ਪ੍ਰਾਹੁਣਾ ਤੁਹਾਨੂੰ ਠੀਕ ਮਿਲਿਆ ਕਿ ਨਹੀਂ? ਸਾਈਕਲ ਦਾ ਜਿਹੜਾ ਹੁੰਦਾ ਟਾਇਰ ਜਿਹਾ ਉਹਨੂੰ ਵੀ ਕੰਡਾ ਫੇਰ ਕੇ ਚਲਾਇਆ ਹੋਣਾ ਬਚਪਨ ਚ? ਮਹਾਰਾਜ ਜੀ ਛੱਡੋ, ਟਾਇਰ ਤਾਂ ਮੈਂ ਬਹੁਤ ਚਲਾਇਆ। ਜਦੋਂ ਚੱਪਲਾਂ ਘਰ ਜਾਣੀਆਂ ਉਹਨਾਂ ਆਹ ਜਿਹੜੀ ਇੱਥੇ ਚੱਪਲ ਵਿਚਾਲੇ ਤਾਂ ਉੱਥੇ ਐ ਕੜਾ ਰੱਖ ਕੇ ਐ ਮਾਰਨੇ ਲਕੀਰਾਂ ਤੇ ਪੂਰੇ ਪੂਰੇ ਪਹੀਆ ਕੱਢ ਲੈਣ ਹੋਰ ਕੀ, ਐ ਟਾਇਰ ਇੱਧਰ ਤਾਂ ਉਹ ਲੈਣੀ ਸੀਖ ਜਾਈ ਉਹਨਾਂ ਵਿੱਚ ਦੋਨਾਂ ਵਿੱਚ ਪਾ ਦੇਣੀ ਆਸੇ ਪਾਸੇ ਟਾਇਰ ਨਿਕਲਣਾ
ਟਾਈਟ ਕਰਨੀਆਂ ਫਿਰ ਉਹ ਟੈ ਫਿਰ ਉਹਨੂੰ ਕੱਟਣਾ ਉਹਨਾਂ ਛੋਟੇ ਛੋਟੇ ਜਾਣੀ ਕਿ ਪੱਧਰਾਂ ਜਿਹੀਆਂ ਬਣਾ ਕੇ ਐਂ ਇਹ ਫਿਰ ਨਿਕਲੇ ਨਾ ਟਾਇਰ ਐਂ ਨਾ ਹੋਵੇ ਅਤੇ ਉਹਦੇ ਵਿੱਚ ਕੁੰਡੀ ਜਿਹੀ ਪਾ ਕੇ ਐਡੀ ਸੀਖ ਜੀ ਇਹਦੀ ਫਿਰ ਇੱਕ ਉਹ ਯਾਰ ਕੀ ਹੁੰਦਾ ਸੀ ਮੰਨ ਕੇ ਉਹ ਗੰਨੇ ਜਿਹਾ ਨਾ ਰਾਸ਼ਨ ਦਾ ਜਿਹਾ ਨਹੀਂ ਆਗ ਨਹੀਂ ਹਾਂ ਚਰੀ ਚਰੀਦਾ ਚਰੀਦਾ ਲੰਮਾ ਸਾਰਾ ਲੈ ਕੇ ਨਾ ਟਾਂਡਾ ਜਿਹਾ ਉਹਨੂੰ ਅੱਗੋਂ ਅੱਗੋਂ ਟਾਂਡਾ ਉਹਨੂੰ ਵਿੱਚ ਪਾ ਕੇ ਉਧਰੋਂ ਪਿੱਛੋਂ ਫਿਰ ਤਾਰ ਦਾ ਸਟੇਅਰਿੰਗ ਬਣਾ ਕੇ ਉਹਦੇ ਵਿੱਚ ਪਾ ਦੇਣਾ ਫਿੱਟ ਕਰ ਦੇਣਾ ਅਤੇ ਸਟੇਅਰਿੰਗ ਬਣਾ ਕੇ ਅਤੇ ਨਾਲ ਜਿੱਦਾਂ ਜਿੱਦਾਂ ਰੇਸ ਨਹੀਂ ਦਿੰਦੇ ਕਰ ਅਤੇ ਉਹ ਬਣਾ ਕੇ ਐਲ ਜੀ ਬਣਾ ਕੇ ਇੱਦਾਂ ਨਾ ਐਂ ਬਣਾ ਕੇ ਉਹਦੇ ਫਿਰ ਤੁਹਾਨੂੰ ਦੇਣੀ ਵਿੱਚ ਅਤੇ ਲੈ ਵੇ ਲੈ ਕਿਹੜਾ ਪਰ ਮਰਨਾ ਹੈ ਹੁਣ ਸਟੇਅਰਿੰਗ ਪਾਇਆ ਸਾਡੀਆਂ ਗੇਮਾਂ ਹੀ ਉਹ ਹੁੰਦੀਆਂ ਸੀ ਹੈਂ ਫਿਰ ਯਾਰ ਤੈਨੂੰ ਤਾਂ ਬਸ ਕਹਿੰਦਾ ਮੈਂ ਤਾਂ ਉੱਥੇ ਚੜ੍ਹਦਾ ਭਰਾਵਾਂ ਕਈ ਸੀਨੀਅਰ ਬੰਦੇ ਕਹਿੰਦੇ ਕਦੇ ਯਾਰ ਤੂੰ ਸੈਲੀਬ੍ਰਿਟੀ ਆ ਉਹ ਮੈਂ ਕਿਹਾ ਸੈਲੀਬ੍ਰਿਟੀ ਬਣ ਕੇ ਭਰਾ ਮੈਂ ਆਪਣਾ ਇੰਜੋਏ ਖਰਾਬ ਕਰ ਦਵਾਂ ਹੁਣ ਮੈਂ 24 ਘੰਟੇ ਮੈਂ ਬਈ ਸੈਲੀਬ੍ਰਿਟੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਧੌਣ 'ਚ ਸਰੀਆ ਵਸਾ ਲਈਏ ਉਹ ਮੈਂ ਕਿਹਾ ਖੂਹ 'ਚ ਪੈ ਗਈ ਯਾਰ ਸੈਲੀਬ੍ਰਿਟੀ ਮੈਂ ਕਿਹਾ ਇਹ ਤਾਂ ਇੰਜੋਏ ਕਰਨ ਵਾਲੇ ਬੰਦੇ ਹੈਂ ਐਂ ਕਿਹੜੀ ਗੱਲ ਆ ਵੀ ਸੰਘੇ ਨੇ ਇੱਥੇ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਸੋ ਸੁਪਨਿਆਂ ਦਾ ਉਹ ਘਰ ਜਿਹੜਾ ਉਹਨੂੰ ਸਾਨੂੰ ਵਿਖਾਉਣ ਲਈ ਲੈ ਕੇ ਆਇਆ ਅੱਗੇ ਜਾ ਰਹੇ ਨੇ ਉਹ ਆਪਣੇ ਪਰਿਵਾਰ ਸਮੇਤ ਗੱਡੀ ਦੇ ਵਿੱਚ ਅਤੇ ਅਸੀਂ ਉਹਦੇ ਪਿੱਛੇ ਪਿੱਛੇ ਹਾਂ ਆ ਜਾਓ ਫਿਰ ਅੱਜ ਤੁਹਾਨੂੰ ਵੀ ਵਿਖਾਉਣੇ ਆ ਕਿ ਸੰਘਾ ਜੀ ਕਿੱਥੇ ਘਰ ਬਣਾ ਰਹੇ ਨੇ ਆਪਾਂ ਸਾਰੇ ਜੀ ਫਿਰ ਹਰਬੀ ਸੰਘਾ ਪਿਆਰੇ ਮਿੱਤਰ ਦੇ ਨਵੇਂ ਘਰ 'ਚ ਆਓ ਚੱਲੀਏ ਬਹੁਤ ਤੁਸੀਂ ਨਾ ਜਾਇਓ ਪਰ ਫੇਰ ਵੀ ਮੈਂ ਜਾ ਸਕਦੇ ਮਾਤਾ ਰਾਣੀ ਬਰਕਤਾਂ ਪਾਵੇ ਭਾਈ ਕਿਦਾਂ ਕਿਦਾਂ ਮੈਂ ਹਰਦੀਪ ਨੂੰ ਕਿਹਾ ਵੀ ਚਲੋ ਉਦੋਂ ਗਲਤੀ ਕਿਹਨੂੰ ਕਿਹਾ ਗਿੱਲ ਸਾਹਿਬ ਨੂੰ ਹਰਦੀਪ ਭਾਜੀ ਨੂੰ ਹਨਾ ਹਾਂ ਹਰਦੀਪ ਗਿੱਲ ਨੂੰ ਕਿਹਾ ਹਾਂ ਮੈਂ ਕਿਹਾ ਆਪਾਂ ਵੀ ਆਪਣੇ ਘਰ 'ਚ ਸਵੀਮਿੰਗ ਪੂਲ ਬਣਾਈਏ ਹਾਂ ਉਹ ਕਹਿੰਦਾ ਨਹੀਂ ਆਪਾਂ ਨੇ ਬਣਾਉਣਾ ਮੈਂ ਕਿਹਾ ਕਿਉਂ ਕਹਿੰਦਾ ਤੂੰ ਸਵੀਮਿੰਗ ਪੂਲ 'ਚ ਛਾਲ ਮਾਰਿਆ ਕਰਨੀ ਪਾਣੀ ਬਾਹਰ ਆ ਜਾ ਕਰ ਉਹ ਤਾਂ ਮੈਂ ਪਾਣੀ ਭਰਦੀ ਮੈਨੂੰ ਤਾਂ ਨਹਾਉਣ ਦਾ ਮੌਕਾ ਨਹੀਂ ਮਿਲਣਾ ਮੈਨੂੰ ਤਾਂ ਪਾਣੀ ਭਰਨ ਦਾ ਮੌਕਾ ਮਿਲਣਾ
ਮੈਂ ਪਾਇਆ ਦਬਾਅ ਮੈਂ ਕਮਾਲ ਕਰਦਾ ਤੂੰ ਕੁੜੀ ਨੂੰ ਨਿਆਣੀ ਨੂੰ ਘੁਮਾ ਫਰਾ ਕੇ ਤੇ ਲਾਕਡਾਊਨ ਚ ਤੂੰ ਕਿੱਦਾਂ ਦੀ ਕਰਤੀ ਉਹ ਬਣਦੇ ਟਾਈਮ ਚ ਜਾਂ ਕੈਲੀ ਭਾਜੀ ਵੀ ਆਈ छत ते आ जाए ਵੀ ਉਹ ਜਿਹੜੇ ਨਾ ਉਹ ਬਾਹਰ ਨਜ਼ਰ ਬੱਟੂ ਜੀਵ ਕੱਢਣ ਵਾਲਾ ਕਿਉਂ ਲਾਉਂਦੇ ਹੁੰਦੇ ਆ ਉਹ ਜਦੋਂ ਐਂਡਦੇ ਆ ਬੰਦਾ ਹੀ ਐਂਡਦਾ ਹੋ ਜਾਂਦਾ ਤੇ ਆਪਣਾ ਵੀ ਇਸ ਤੋਂ ਬਾਅਦ ਨਹੀਂ ਉਹਨੂੰ ਦੇਖ ਕੇ ਹੀ ਬੰਦਾ ਕਹਿੰਦਾ ਤੂੰ ਪੈਸੇ ਨਹੀਂ ਮੰਗਣੇ ਵੀ ਉਹਦੀ ਤਾਂ ਪਹਿਲਾਂ ਜੀਵ ਨਿਕਲੀ ਆ ਵੀ ਉਹ ਸਾਡਾ ਘਰ ਬਣਿਆ ਨਾ ਤੇ ਇੱਕ ਰਾਤ ਨਾ ਜਦੋਂ ਮਤਲਬ ਸ਼ਿਫਟ ਕੀਤੇ ਸੀ ਤੇ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਤੇ ਮੈਂ ਕਿਹਾ ਹਾਏ ਹਾਏ ਰਾਤ ਬੂਹਾ ਖੁੱਲ੍ਹਾ ਹੀ ਰਹਿ ਗਿਆ ਕਹਿੰਦੇ ਜੇ ਕੋਈ ਆ ਵੀ ਜਾਂਦਾ ਤਾਂ ਉਹਨੇ ਸ਼ਰਮਿੰਦੇ ਹੋ ਗਏ ਵਾਪਸ ਚੱਲ ਜਾਣਾ ਸੀ ਇਹਨਾਂ ਕੋ ਕਿਉਂ ਨਾ ਜਿਹੜਾ ਹੈਗਾ ਉਹ ਘਰ ਦੇ ਲਾ ਪਿੱਛੇ ਹੁਣ ਤੀ ਇੱਕ ਇੱਕ ਹੀ ਦੇਖੀ ਸੀ ਇੱਕ ਤਾਂ ਐਂਟਰ ਕਿੰਨੀ ਘੈਂਟ ਇੱਕ ਇੱਥੇ ਗੱਡੀ ਜਿੱਥੇ ਮਰਜ਼ੀ ਲਾ ਦੇ ਸਾਰੀ ਸੜਕ ਕਿੰਨੀ ਖੁੱਲੀ ਨਹੀਂ ਗਵਾਂਢੀਆਂ ਨੇ ਬਣਾ ਕੇ ਰੱਖਣਾ ਹੁਣ ਗੱਡੀਆਂ ਵੱਡੀਆਂ ਆਇਆ ਕਰਨੀਆਂ ਨਹੀਂ ਨਹੀਂ ਉਹ ਤਾਂ ਹੈ ਹੀ ਇੱਥੇ ਜਿੱਦਾਂ ਮਰਜ਼ੀ ਆਓ ਮੇਰੀ ਇਨੋਵਾ ਪਰੇ ਖੜੀ ਆ ਉਹ ਦੇ ਦੋ ਇੱਥੇ ਮੈਂ 6 ਮਹੀਨੇ ਹੋ ਗਏ ਮੈਂ ਲੈ ਕੇ ਨਹੀਂ ਗਿਆ ਉਧਰ ਵਧੀਆ ਵਧੀਆ ਇੱਥੇ ਕਿਹੜੀ ਟੱਪ ਹੋਣੀ ਆ ਹਾਂ ਨਹੀਂ ਸਹੀ ਗੱਲ ਹੈ ਪਾ ਗਿਆ ਸੀ रोक ना गड्डी ਇੱਕ ਮਿੰਟ ਭਾਜੀ ਮੈਂ ਵੇਖ ਲਾ ਉੱਥੇ ਬੇੜਾ ਕਰਕੇ ਦਾ ਨਹੀਂ ਯਾਰ ਉਹ ਤਾਂ ਮੈਂ ਨਵੀਂ ਗੱਡੀ ਲਈ ਸੀ ਸਵਿਫਟ ਉਹ ਤੇ ਮੈਂ ਜਾਣਦਾ ਕਿ ਕੱਲਾ ਹੀ ਹੁੰਦਾ ਹੀ ਭਰਾਵਾ ਚਾਟ ਪਹਿਲਾਂ ਮੈਂ ਲਾ ਪੰਜਾਬ ਦੀ ਸ਼ੂਟਿੰਗ ਕਰਨੀ ਉਹ ਕਿਹੜਾ ਨਿਸ਼ਾਰਾ ਢਾਲਾ ਹਾਂ ਨਿਸ਼ਾਰਾ ਢਾਲਾ ਹੈ ਨਿਸ਼ਾਰਾ ਢਾਲਾ ਉੱਥੇ ਅਟਾਰੀ ਬਾਰਡਰ ਦੇ ਕੋਲ ਉਧਰੋਂ ਆਉਣਾ ਚੱਲ ਇੱਧਰ ਜੈਂਤੀ ਮਾਜਰਾ ਜਾਣਾ ਉਹ ਗੀਪੀ ਬਾਈ ਵਾਲੀ ਅਰਦਾਸ ਵਿੱਚ ਉਹ ਮੈਂ ਭਾਜੀ ਕੱਲਾ ਹੀ ਚਾਟ ਹੀ ਭੱਜੇ ਫਿਰਨਾ ਉੱਥੇ ਜਦੋਂ ਗੱਡੀ ਮੈਂ ਕਿਹਾ ਤੈਨੂੰ ਕਿਹੜੇ ਕੰਜਰ ਨੇ ਕਿਹਾ ਵੀ ਤੂੰ ਮੇਰੀ ਗੱਡੀ ਬੈਕ ਕਰ ਜਦ ਤੈਨੂੰ ਆਉਂਦੀ ਨਹੀਂ ਭੂਤਨੀ ਦੀ ਇੰਨੀ ਤਾਂ ਮੈਂ ਵੀ ਨਹੀਂ ਸਿੱਖੀ ਅਜੇ ਕਹਿੰਦੇ ਮੈਨੂੰ ਮੈਂ ਚਲਾ ਕੇ ਦੇਖ ਰਹੀ ਸੀ ਮੈਂ ਕਿਹਾ ਹੋਰ ਕਿਸੇ ਦੀ ਚਲਾਓ ਹਾਂ ਇੱਥੇ ਇੰਨੀਆਂ ਗੱਡੀਆਂ ਤਾਂ ਦੀਦੀ ਨੇ ਕੋਈ ਦੀਦੀ ਇਹ ਰਾਣੀ ਤੈਨੂੰ ਦੀਦੀ ਆ ਹਾਂ ਬਟਾਕ ਦੇਣਾ ਭੂਤਨੀ ਦੀ ਮੈਂ ਕਿਹਾ ਗਾਡਰ ਚ ਮਾਰੀ ਤੈਨੂੰ ਮੈਂ ਕਿਹਾ ਗਾਡਰ ਨਹੀਂ ਦੀਦਾ ਆਪਣਾ ਅੱਖਾਂ ਤੇ ਉਹ ਕਹਿੰਦਾ ਅੱਛਾ ਗੱਲਾਂ ਕਰੀਏ ਮੈਂ ਗੱਲ ਹੋਰ ਕਰਾਂ ਹੋਰ ਗੱਲ ਪਾਵਾਂ ਉਹ ਕਰਦਾ ਫਿਰ ਗੱਡੀ ਤੇ ਆ ਜਾਏ ਕੰਮ ਹਾਂ ਮੈਂ ਕਿਹਾ ਭਾਜੀ ਇੱਕ ਮਿੰਟ ਰੁਕੋ ਯਾਰ ਮੈਂ ਦੇਖ ਕੇ ਆਉਣਾ ਇੱਕ ਮਿੰਟ ਖੜ ਜਾ ਬੇੜਾ ਬਹਿ ਕੇ ਚਲਾਉਣੀ ਨਹੀਂ ਆਉਂਦੀ ਅੱਗ ਲੱਗੀ ਹੈ ਤੇ ਨਵੀਂ ਇਹ ਗੱਡੀ ਲਈ ਹੈ ਕਿਸ ਤੋਂ ਪਹਿਲੀ ਨਹੀਂ ਗਈ ਮੈਂ ਕਿਹਾ ਲੱਗਦਾ ਸੀ ਯਾਰ ਬੰਪਰ ਦਾ ਯਾਰ ਲੱਗਾ ਥੋੜਾ ਹੀ ਸੀ ਨਹੀਂ ਥੋੜਾ ਹੀ ਭਾਜੀ ਕਹਿੰਦੇ ਯਾਰ ਤੇਰੇ ਨਾਲ ਬੈਠ ਕੇ ਕਹਿੰਦੇ ਯਾਰ ਬਾਕੀ ਜਿੱਦਾਂ ਮਰਜ਼ੀ ਆ ਬੰਦਾ ਭੁੱਲ ਜਾਂਦਾ ਕਿੱਥੇ ਆਏ ਆ ਖੋਲੀ ਨੀ ਬਾਰੀ ਨਾਲ ਹੀ ਐ ਬਹਿ ਗਿਆ ਕਿਤੇ ਜਿੱਦਾਂ ਨਾ ਬਿਠਾਇਆ ਹੁੰਦਾ ਗੇਨ ਤੇਰਾ ਬੇੜਾ ਸਾਗਰ ਸਾਹਿਬ ਨਹੀਂ ਸੱਚ ਨਹੀਂ ਉਹ ਹੁਣ ਮੈਂ ਕਹਿ ਇਹਨਾਂ ਨੂੰ ਦੇਣਾ ਵੀ ਨਹੀਂ ਨਹੀਂ ਉੱਥੇ ਨਹੀਂ ਜਾਣਾ ਤੇ ਜਦੋਂ ਕਹਿੰਦੇ ਜਾਣਾ ਬਹੁਤ ਵਧੀਆ
ਨਹੀਂ ਹੁਣ ਆਵਾਂਗੇ ਇਹਦੇ ਨਾਲ ਹਰਮਿੰਦਰ ਸਾਹਿਬ ਆਓ ਨਾ ਤੁਹਾਡਾ ਤਾਂ ਡਿਊ ਰਹਿ ਗਿਆ ਅੰਮ੍ਰਿਤਸਰ ਨਾ ਆਵਾਂਗੇ please like comment and share and subscribe the channel and don't forget to ring the bell icon ਕੈਂਟੀ ਵਾਲਾ ਬਟਨ ਦਬਾ ਦੋ ਕੈਂਟੀ ਵਾਲਾ ਬਟਨ